ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਸਾਰੇ ਸਵਾਲ ਜਿਹੜੇ ਨੇ ਇਸ ਨੂੰ ਲੈ ਕੇ ਲਗਾਤਾਰ ਸਾਡੇ ਚੈਨਲ ਤੇ ਆ ਰਹੇ ਸੀ ਔਰ ਬਹੁਤ ਸਾਰੇ ਲੋਕ ਇਸ ਦੀ ਉਡੀਕ ਵੀ ਕਰ ਰਹੇ ਸੀ ਔਰ ਇਸ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੀ ਕਰ ਦਿੱਤਾ ਤੇ ਇਸ ਤੋਂ ਬਾਅਦ ਪੀਐਸਪੀਸ਼ਲ ਯਾਨੀ ਕਿ ਬਿਜਲੀ ਬੋਰਡ ਵੱਲੋਂ 70 ਵੀ ਜਾਰੀ ਕਰ ਦਿੱਤਾ ਗਿਆ ਔਰ ਇਸ ਦਾ ਐਲਾਨ ਕਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਹੁਣ VDS ਸਕੀਮ ਯਾਨੀ ਕਿ ਵੌਲੰਟੇਰਲੀ ਡਿਸਕਲੋਜ਼ਰ ਸਕੀਮ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਸੋ ਇਸ ਦੀ ਡਿਟੇਲ ਜਾਣਕਾਰੀ ਦੇ ਲਈ ਅੱਜ ਅਸੀਂ ਇਹ ਵੀਡੀਓ ਲੈ ਕੇ ਆਏ ਹਾਂ ਇਸ ਦੇ ਕੀ ਨਿਯਮ ਨੇ ਕਿਹੜੇ ਦਸਤਾਵੇਜ਼ ਜਿਹੜੇ ਨੇ ਇਸ ਦੇ ਲਈ ਤੁਹਾਨੂੰ ਪੇਸ਼ ਕਰਨ ਦੀ ਲੋੜ ਹੈ ਤੇ ਇਸ ਦਾ ਕੀ ਫਾਇਦਾ ਹੈ ਆਓ ਇਹ ਸਾਰਾ ਕੁਝ ਜਾਣਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਮੈਂ ਦੱਸਦਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰ ਦਿੱਤਾ ਸੀ ਕਿ ਕਿਸਾਨਾਂ ਦੇ ਲਈ ਮੋਟਰਾਂ ਦੇ ਲੋਡ ਵਧਾਉਣ ਦੇ ਲਈ ਜਿਹੜੀ ਹੈ ਬੀ ਡੀ ਐਸ ਸਕੀਮ ਲੈ ਕੇ ਆndi ਗਈ ਹੈ ਯਾਨੀ ਕਿ ਜਿਸ ਨੂੰ ਕਿ ਵੌਲੰਟਰੀ ਟਿਸ ਕਲਾਜ਼ਰ ਸਕੀਮ ਵੀ ਕਿਹਾ ਜਾਂਦਾ ਹੈ ਲੋਡ ਵਾਧੇ ਕਰਨ ਦੇ ਲਈ ਖਾਸ ਚੀਜ਼ ਕੀ ਹੈ ਖਾਸ ਕਰ ਦੋਸਤੋ ਇਹ ਹੈ ਕਿ ਇਸ ਦਾ ਐਲਾਨ ਕਰਦੇ ਹੋਏ ਦੱਸਿਆ ਗਿਆ ਕਿ ਪਹਿਲਾਂ ਜੋ ਵੀ ਖਰਚੇ ਲੋਡ ਵਧਾਉਣ ਤੇ ਲੱਗਦੇ ਸੀ ਇਸ ਨੂੰ ਤਕਰੀਬਨ 50% ਘੱਟ ਕਰ ਦਿੱਤਾ ਗਿਆ ਪਹਿਲਾਂ 4750 ਰੁਪਏ ਪ੍ਰਤੀ ਹਾਰਸ ਪਾਵਰ ਜੋ ਖਰਚਾ ਆਂਦਾ ਸੀ ਉਸ ਨੂੰ ਘਟਾ ਕੇ 2500 ਰੁਪਏ ਕਰ ਦਿੱਤਾ ਗਿਆ ਔਰ ਇਸ ਦੇ ਉੱਪਰ ਜਿਹੜਾ ਲਿਖਤੀ ਪੱਤਰ ਵੀ ਜਾਰੀ ਕਰ ਦਿੱਤਾ ਗਿਆ। ਸੋ ਦੋਸਤੋ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਮਰਸ਼ੀਅਲ ਸਰਕੂਲਰ 13/2022 ਔਰ 106 2022 ਨੂੰ ਇਸ ਨੂੰ ਜਿਹੜਾ ਹੈ ਜਾਰੀ ਕੀਤਾ ਗਿਆ। ਸਭ ਤੋਂ ਪਹਿਲਾਂ ਮੈਂ ਦੋਸਤੋ ਦੱਸਦਾ ਕਿ ਇਹ VDS ਸਕੀਮ ਜਿਹੜੀ ਹੈ ਇਸ ਵਕਤ ਕੇਵਲ ਕਿਸਾਨਾਂ ਦੇ ਲਈ ਹੈ। ਯਾਨੀ ਕਿ ਇਸ ਦਾ ਜਿਹੜੀ ਵਰਤੋਂ ਹੈ ਉਹ ਕੇਵਲ ਕਿਸਾਨ ਹੀ ਫਿਲਹਾਲ ਕਰ ਸਕਦੇ ਨੇ ਮੋਟਰਾਂ ਦਾ ਲੋਡ ਵਧਾਉਣ ਦੇ ਲਈ। ਪੰਜਾਬ ਬਿਜਲੀ ਬੋਰਡ ਵੱਲੋਂ ਆਮ ਖਪਤਕਾਰਾਂ ਦੇ ਲਈ ਹਜੇ ਇਹ ਸਕੀਮ ਜਿਹੜੀ ਹੈ ਉਹ ਸ਼ੁਰੂ ਨਹੀਂ ਕੀਤੀ ਗਈ ਹੈ ਹੋ ਸਕਦਾ ਹੈ ਭਵਿੱਖ ਦੇ ਵਿੱਚ ਲੋਡ ਵਧਾਉਣ ਦੇ ਲਈ ਆਮ ਖਪਤਕਾਰਾਂ ਨੂੰ ਸਹੂਲਤ ਦੇਣ ਦੇ ਲਈ ਕੋਈ ਪੱਤਰ ਜਾਂ ਕੋਈ ਸਕੀਮ ਜਿਹੜੀ ਹੈ ਉਹ ਜਾਰੀ ਕੀਤੀ ਜਾਵੇ ਫਿਲਹਾਲ ਇਹ ਟਿਊਬਲ ਕਨੈਕਸ਼ਨਾਂ ਦੇ ਲਈ ਕਿਸਾਨਾਂ ਦੇ ਲਈ ਜਿਹੜੀ ਹੈ ਇਹ ਸਕੀਮ ਨੂੰ ਸ਼ੁਰੂ ਕੀਤਾ ਗਿਆ ਦੱਸਦਾ ਕਿ ਇਸ ਸਕੀਮ ਦੇ ਤਹਿਤ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਹ ਸ਼ੁਰੂ ਕਦੋਂ ਤੋਂ ਹੋਵੇਗੀ ਇਸ ਦੀ ਚਾਲੂ ਹੋਣ ਦੀ ਜਿਹੜੀ ਮਿਤੀ ਹੈ ਉਹ ਕੀ ਹੈ 10 ਜੂਨ 2022 ਤੋਂ VDS ਸਕੀਮ ਜਿਹੜੀ ਹੈ ਅਫੈਕਟਿਵ ਹੈ ਯਾਨੀ ਕਿ ਇਸ ਦਾ ਲਾਭ ਪੰਜਾਬ ਦੇ ਕਿਸਾਨ ਲੈ ਸਕਦੇ ਨੇ ਮੋਟਰਾਂ ਦਾ ਲੋਡ ਵਧਾਉਣ ਦੇ ਲਈ ਖਾਸ ਗੱਲ ਦੋਸਤੋ ਇਹ ਹੈ ਕਿ ਜੇਕਰ ਤੁਹਾਡੇ ਖੇਤ ਦੇ ਵਿੱਚ 15 BHP ਦੀ ਮੋਟਰ ਲੱਗੀ ਹੋਈ ਹੈ 20 BHP ਦੀ ਮੋਟਰ ਲੱਗੀ ਹੈ ਜਾਂ ਫਿਰ 25 BHP ਦੀ ਮੋਟਰ ਲੱਗੀ ਹੋਈ ਹੈ ਪਰ ਸਾਡਾ ਜਿਹੜਾ ਲੋਡ ਅਸੀਂ ਡਿਸਕਲੋਜ਼ ਕੀਤਾ ਹੈ ਪੀਐਸਪੀਸੀਐਲ ਨੂੰ ਉਹ ਘਟਾ ਹੈ ਯਾਨੀ ਕਿ 15 ਦੀ ਮੋਟਰ ਹੈ ਤਾਂ 10 BHP ਅਸੀਂ ਲੋਡ ਜਿਹੜਾ ਲਿਖਾਇਆ ਹੋਇਆ ਹੈ ਵੀਦੀ ਮੋਟਰ ਹੈ ਜਾਂ 10 ਲੋਡ ਅਸੀਂ ਲਿਖਾਇਆ ਹੋਇਆ ਤਾਂ ਹੁਣ ਇਹ ਬਹੁਤ ਹੀ ਸੁਨਹਿਰੀ ਮੌਕਾ ਹੈ ਇਸ ਨੂੰ ਵਧਾਉਣ ਦਾ ਲੋਡ ਨੂੰ ਡਿਸਕਲੋਜ਼ ਕਰਨ ਦਾ ਕਿਉਂਕਿ ਜੋ ਕੀਮਤ ਪਹਿਲਾਂ ਰੱਖੀ ਗਈ ਸੀ ਪੀਐਸਪੀਸੀਐਲ ਵੱਲੋਂ 4750 ਰੁਪਏ ਉਸ ਨੂੰ ਘਟਾ ਕੇ 2500 ਰੁਪਿਆ ਕਰ ਦਿੱਤਾ ਗਿਆ ਏ ਸਕੀਮ ਦੇ ਤਹਿਤ ਇਹ ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਕਿਸਾਨ ਨੇ ਹੁਣ ਇਸ ਸਕੀਮ ਦੇ ਤਹਿਤ ਯਾਨੀ ਕਿ 10 ਜੂਨ ਤੋਂ ਇਸ ਸਕੀਮ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਬਿਜਲੀ ਦਫ਼ਤਰਾਂ ਦੇ ਵਿੱਚ ਜਾ ਕੇ ਕਿਸਾਨ ਲੋਡ ਵਧਾ ਸਕਦੇ ਨੇ ਖਾਸ ਕਰ ਦੋਸਤੋ ਇਹਦੇ ਵਿੱਚ ਇਹ ਹੈ ਕਿ ਤੁਸੀਂ ਜੇਕਰ ਬਿਜਲੀ ਦਫ਼ਤਰ ਲੋਡ ਵਧਾਉਣ ਆ ਰਹੇ ਹੋ ਇਸ ਤੋਂ ਪਹਿਲਾਂ ਇੱਕ ਸਰਚਾਰਜ ਜੁਰਮਾਨਾ ਪੈਨਲਟੀ ਵੀ ਜਿਹੜੀ ਹੈ ਦੇਣੀ ਪੈਂਦੀ ਸੀ ਉਸ ਨੂੰ ਜਿਹੜਾ ਹੈ ਮਾਫ਼ ਕਰ ਦਿੱਤਾ ਗਿਆ ਜਦੋਂ ਤੱਕ ਇਹ ਸਕੀਮ ਜਿਹੜੀ ਹੈ ਚੱਲਦੀ ਰਹੇਗੀ ਉਦੋਂ ਤੱਕ ਕਿਸੇ ਤਰ੍ਹਾਂ ਦਾ ਕੋਈ ਜੁਰਮਾਨਾ ਜਿਹੜਾ ਤੁਹਾਨੂੰ ਨਹੀਂ ਦੇਣਾ ਹੋਵੇਗਾ ਤੁਸੀਂ ਜਾ ਕੇ ਬਿਜਲੀ ਦਫ਼ਤਰ ਦੱਸ ਸਕਦੇ ਹੋ ਕਿ ਮੇਰੀ ਮੋਟਰ ਜਿਹੜੀ ਹੈ ਇੰਨੇ BHP ਦੀ ਹੈ ਤੇ ਲੋਡ ਅਸੀਂ ਘੱਟ ਡਿਸਕਲੋਜ਼ ਕੀਤਾ ਹੋਇਆ ਲਿਖਾਇਆ ਹੋਇਆ ਤਾਂ ਅਸੀਂ ਲੋਡ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਆ ਇਸ ਦੇ ਤਹਿਤ ਦੋਸਤੋ ਪੀਐਸਪੀਸੀਐਲ ਨੇ ਆਪਣੇ ਅਫਸਰਾਂ ਨੂੰ ਵੀ ਹਦਾਇਤ ਕਰ ਦਿੱਤੀ ਹੈ ਕਿ ਤੁਸੀਂ ਕਿਸੇ ਤਰ੍ਹਾਂ ਦਾ ਜੁਰਮਾਨਾ ਨਹੀਂ ਪਾਓਗੇ ਔਰ ਪੀਐਸਪੀਸੀਐਲ ਦੇ ਅਧਿਕਾਰੀ ਕਰਮਚਾਰੀ ਜਿਹੜੇ ਨੇ ਉਹ ਕਿਸਾਨਾਂ ਦੀ ਮਦਦ ਕਰਨਗੇ ਬੀਡੀਐਸ ਸਕੀਮ ਨੂੰ ਚਾਲੂ ਕਰਨ ਦੇ ਲਈ ਯਾਨੀ ਕਿ ਇੱਥੇ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ ਉਹਨਾਂ ਦੀ ਹੈਲਪ ਕੀਤੀ ਜਾਵੇਗੀ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਮੋਟਰਾਂ ਦਾ ਲੋਡ ਜਿਹੜਾ ਹੈ ਉਹ ਵਧਾ ਸਕਦੇ ਹੋ ਇਹ ਵੀ ਖਾਸ ਗੱਲ ਦੋਸਤੋ ਇਹ ਹੈ ਕਿ ਤੁਸੀਂ ਲੋਡ ਵਧਾਓ ਕਿਉਂਕਿ ਜਿਹੜੀ ਕੀਮਤ ਹੈ ਉਸ ਨੂੰ ਘਟਾਇਆ ਗਿਆ ਪਰ ਇਹ ਵੀ ਨਾਲ-ਨਾਲ ਜਿਹੜੀ ਹੈ ਪੀਐਸਪੀਸੀਐਲ ਨੇ ਕਿਹਾ ਕਿ ਤੁਸੀਂ ਲੋਡ ਜੋ ਵਧਾ ਰਹੇ ਹੋ ਮੋਟਰਾਂ ਦਾ ਉਸ ਦੀ ਵਰਤੋਂ ਤੁਸੀਂ ਸਿਰਫ ਖੇਤੀਬਾੜੀ ਦੇ ਲਈ ਕਰ ਸਕਦੇ ਹੋ ਕਿਸੇ ਹੋਰ ਸਾਧਨ ਦੇ ਲਈ ਤੁਸੀਂ ਜਿਹੜੀ ਐ ਨਾ ਕਨੈਕਸ਼ਨਾਂ ਦੀ ਵਰਤੋਂ ਨਾ ਕਰੋ ਵੀਡੀਆ ਸਕੀਮ ਦੇ ਤਹਿਤ ਪਹਿਲਾਂ ਜੋ ਕੀਮਤ ਜਿਹੜੀ ਹੈ ਪ੍ਰਤੀ ਬੀ ਐਚ ਪੀ ਲਈ ਜਾਂਦੀ ਸੀ 4750 ਰੁਪਏ ਜਿਸ ਨੂੰ ਕਿ ਸਰਵਿਸ ਕਨੈਕਸ਼ਨ ਚਾਰजेस ਕਿਹਾ ਜਾਂਦਾ ਉਸ ਨੂੰ ਜਿਹੜਾ ਪ੍ਰਤੀ ਬੀ ਐਚ ਪੀ ਜਿਹੜਾ ਹੈ 2500 ਰੁਪਏ ਕੀਤਾ ਗਿਆ ਇਸ ਦੇ ਨਾਲ ਨਾਲ ਦੋਸਤੋ ਪ੍ਰਤੀ ਬੀ ਐਚ ਪੀ ਤੋਂ ਤੁਹਾਨੂੰ ਸਿਕਿਉਰਿਟੀ ਕਜ਼ੰਪਸ਼ਨ ਵੀ ਭਰਨੀ ਪਵੇਗੀ 200 ਰੁਪਏ ਯਾਨੀ ਕਿ 2700 ਰੁਪਏ ਤੁਹਾਨੂੰ ਪ੍ਰਤੀ BHP ਪਰ ਨਾ ਹੋਵੇਗਾ 2500 ਰੁਪਏ ਜਿਹੜਾ ਤੁਹਾਨੂੰ ਪਰਨਾ ਪਵੇਗਾ ਸਰਵਿਸ ਕਨੈਕਸ਼ਨ ਚਾਰजेस ਦਾ ਤੇ 200 ਰੁਪਏ ਸਕਿਉਰਿਟੀ ਕੰਜ਼ਮਪਸ਼ਨ ਦਾ ਤੁਹਾਨੂੰ ਪਰਨਾ ਪਵੇਗਾ ਯਾਨੀ ਕਿ 2700 ਰੁਪਏ ਪ੍ਰਤੀ BHP ਲੋਡ ਵਧਾਉਣ ਦੇ ਲਈ ਤੁਹਾਨੂੰ ਭਰਨੇ ਪੈਣਗੇ ਦੋਸਤੋ ਕਿਹੜੇ ਕਾਗਜ਼ਾਤਾਂ ਦੀ ਜਾਂ ਫਿਰ ਕਿਹੜੇ ਡਾਕੂਮੈਂਟਸ ਦੀ ਤੁਹਾਨੂੰ ਲੋੜ ਪਵੇਗੀ ਤੁਹਾਨੂੰ ਆਪਣਾ ਖਾਤਾ ਨੰਬਰ ਜਿਹੜਾ ਪੀਐਸਪੀਸੀਐਲ ਨੂੰ ਦੱਸਣਾ ਹੋਵੇਗਾ ਇੱਕ ਅੰਡਰਟੇਕਿੰਗ ਜਿਹੜੀ ਤੁਹਾਨੂੰ ਦੇਣੀ ਹੋਵੇਗੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਇਸ ਪੂਰੇ ਸਰਕੂਲਰ ਦਾ ਔਰ ਇਸ ਅੰਡਰਟੇਕਿੰਗ ਦਾ ਜੋ ਲਿੰਕ ਹੈ ਅਸੀਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਇਹ ਅੰਡਰਟੇਕਿੰਗ ਦੋਸਤੋ ਤੁਹਾਨੂੰ ਦੇਣੀ ਹੋਵੇਗੀ ਅੰਡਰਟੇਕਿੰਗ ਦੇ ਵਿੱਚ ਪੀਐਸਪੀਸੀਐਲ ਮਹਿਜ ਇਸ ਕਰਕੇ ਅੰਡਰਟੇਕਿੰਗ ਲੈ ਰਿਹਾ ਹੈ ਕਿ ਇਸ ਦੇ ਨਾਲ ਉਸ ਮੋਟਰ ਦੀ ਮਲਕੀਅਤ ਜਾਂ ਫਿਰ ਲੈਂਡ ਯਾਨੀ ਕਿ ਉਸ ਜ਼ਮੀਨ ਦੀ ਮਲਕੀਅਤ ਦਾ ਜੋ ਵੀ ਲੀਗਲ ਜਾਂ ਫਿਰ ਕਿਸੇ ਤਰ੍ਹਾਂ ਦਾ ਵੀ ਝਗੜਾ ਭਵਿੱਖ ਦੇ ਵਿੱਚ ਪੈਂਦਾ ਹੈ ਤਾਂ ਪੀਐਸਪੀਸੀਐਲ ਇਸ ਲਈ ਜ਼ਿੰਮੇਵਾਰ ਨਹੀਂ ਹੋਵੇਗਾ ਯਾਨੀ ਕਿ ਲੋਡ ਵਧਾਉਣ ਦੇ ਨਾਲ ਕਿਸੇ ਤਰ੍ਹਾਂ ਵੀ ਜ਼ਮੀਨ ਦੀ ਮਲਕੀਅਤ ਜਾਂ ਮੋਟਰ ਦੀ ਮਲਕੀਅਤ ਦੇ ਵਿੱਚ ਫਰਕ ਨਹੀਂ ਪਵੇਗਾ ਅਸਲ ਜੋ ਵੀ ਮਾਲਕ ਜ਼ਮੀਨ ਦਾ ਜਾਂ ਮੋਟਰ ਦਾ ਹੋਵੇਗਾ ਉਹ ਇਸੇ ਤਰ੍ਹਾਂ ਹੀ ਰਹੇਗਾ ਲੋਡ ਵਧਾਉਣ ਦੇ ਨਾਲ ਉਸ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਬਦਲਾਅ ਜਿਹੜਾ ਨਹੀਂ ਆਵੇਗਾ ਇਸ ਲਈ ਤੁਹਾਨੂੰ ਇਹ ਅੰਡਰਟੇਕਿੰਗ ਜਿਹੜੀ ਹੈ ਤੁਹਾਨੂੰ ਜ਼ਰੂਰ ਦੇਣੀ ਹੋਵੇਗੀ ਜੇਕਰ ਤੁਸੀਂ ਲੋਡ ਵਧਾਣਾ ਜਾ ਰਹੇ ਹੋ ਆਪਣੀ ਮੋਟਰ ਦਾ ਦੋਸਤੋ ਇਸ ਤੇ ਲਈ ਕੋਈ ਜ਼ਿਆਦਾ ਡਾਕੂਮੈਂਟਸ ਤੁਹਾਨੂੰ ਦੇਣ ਦੀ ਲੋੜ ਨਹੀਂ ਹੋਵੇਗੀ ਇੱਕ ਅੰਡਰਟੇਕਿੰਗ ਜਿਹੜੀ ਤੁਹਾਨੂੰ ਮੈਂ ਦਿਖਾਈ ਹੈ ਇਹ ਦੇਣਾ ਹੋਵੇਗਾ ਤੇ ਲੋਡ ਦੱਸਣਾ ਹੋਵੇਗਾ ਤੁਹਾਡੀ ਮੋਟਰ ਦਾ ਕਿੰਨਾ ਹੈ ਤੇ ਕਿੰਨਾ ਲੋਡ ਤੁਸੀਂ ਵਧਾਣਾ ਚਾ ਰਹੇ ਹੋ ਇਸ ਦੇ ਲਈ ਸਪੈਸ਼ਲ ਕੈਂਪਸ ਵੀ ਜਿਹੜੇ ਨੇ OPSPCL ਦੇ ਵੱਖ-ਵੱਖ ਦਫ਼ਤਰਾਂ ਵੱਲੋਂ ਲਗਾਏ ਜਾ ਰਹੇ ਨੇ ਇਸ ਦਾ ਪ੍ਰਚਾਰ ਵੀ ਜਿਹੜਾ ਲਗਾਤਾਰ ਕੀਤਾ ਜਾ ਰਿਹਾ 10 ਜੂਨ ਤੋਂ ਇਸ ਸਕੀਮ ਦਾ ਲਾਭ ਤੁਸੀਂ ਲੈ ਸਕਦੇ ਹੋ ਬਹੁਤ ਸਾਰੇ ਸਵਾਲ ਸਾਨੂੰ ਜਿਹੜੇ ਨੇ ਲਗਾਤਾਰ ਆ ਰਹੇ ਸੀ ਕਿ ਵੀਡੀਆ ਸਕੀਮ ਕਦੋਂ ਆਵੇਗੀ ਕਦੋਂ ਅਸੀਂ ਆਪਣੇ ਮੋਟਰਾਂ ਦਾ ਲੋਡ ਜਿਹੜਾ ਵਧਾ ਸਕਾਂਗੇ ਔਰ ਏਸ ਦੇ ਲਈ ਵੱਡਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੀ ਕੀਤਾ ਔਰ ਪੀਐਸਪੀਸੀਐਲ ਨੇ ਵੀ ਇਹ ਪੱਤਰ ਜਾਰੀ ਕਰਕੇ ਜਿਹੜਾ ਇਹ ਸੂਚਿਤ ਕਰ ਦਿੱਤਾ ਹੈ 4750 ਰੁਪਏ ਤੋਂ ਘਟਾ ਕੇ 2500 ਰੁਪਏ ਪ੍ਰਤੀ ਬੀਐਚਪੀ ਖਰਚਾ ਜਿਹੜਾ ਕੀਤਾ ਗਿਆ ਇਸ ਦੇ ਨਾਲ ਹੀ 200 ਰੁਪਏ ਤੁਹਾਨੂੰ ਸਿਕਿਉਰਿਟੀ ਐਗਜ਼ੈਂਪਸ਼ਨ ਦਾ ਵੀ ਭਰਨਾ ਹੋਵੇਗਾ 2200 ਰੁਪਏ ਪ੍ਰਤੀ ਬੀਐਚਵੀ ਪਰੰਤੋ ਬਾਅਦ ਤੁਸੀਂ ਜਿਹੜਾ ਆਪਣਾ ਲੋਡ ਅਧਿਕਾਰਤ ਕਰ ਦੋਗੇ ਪੀਐਸਪੀਸੀ ਨੂੰ ਇਸ ਬਾਰੇ ਸੂਚਨਾ ਦੇ ਦਿਓਗੇ ਸਵਾਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਬਸ ਇਸੇ ਤਰ੍ਹਾਂ ਹੀ ਜੁੜੇ ਰਹੋ ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ